ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਮੈਂ ਵੀ ਠੀਕ ਠਾਕ ਹਾਂ ਜੀ। ਅਤੇ ਵੀਡੀਓ ਅੱਜ ਦੀ ਸ਼ੁਰੂ ਕਰਨ ਲੱਗ ਗਿਆ, ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੁੰਦੀ ਹੈ, ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਅਤੇ ਅੱਜ ਦੀ ਵੀਡੀਓ ਮੋਟਰ 'ਤੇ ਹੋਣ ਲੱਗੀ, ਆਪਣੀ ਮੋਟਰ ਬਾਰੇ ਤੁਹਾਨੂੰ ਇੱਕ ਬੇਸਿਕ ਇਨਫੋਰਮੇਸ਼ਨ ਦੇਣੀ ਹੈ, ਕਿਹੜੀ ਮੋਟਰ ਹੈ, ਕੀ ਕੁਛ ਹੈ, ਉਹ ਤੁਸੀਂ ਇਸ ਵੀਡੀਓ ਵਿੱਚ ਅੱਗੇ ਦੇਖੋਗੇ। ਅਤੇ ਵੀਡੀਓ ਸ਼ੁਰੂ ਕਰਨ ਲੱਗੇ ਹਾਂ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਲਾਈਕ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸ ਦਿਆ ਕਰੋ ਅਤੇ ਕਮੈਂਟ ਜ਼ਰੂਰ ਕਰ ਦਿਓ। ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਆਹ ਮੋਟਰ ਹੈ ਜੀ, ਦੇਖ ਸਕਦੇ ਹੋ ਤੁਸੀਂ, ਕਿਰਲੋਸਕਰ ਦੀ ਮੋਟਰ ਹੈ। ਆਹ ਚੈੱਕ ਕਰੋ, ਪਲੇਟ ਲੱਗੀ ਹੋਈ ਹੈ ਕਿਰਲੋਸਕਰ, ਅਤੇ ਆਹ ਦੇਖੋ ਚੱਕੀ ਵਾਲੀ ਮੋਟਰ ਹੈ, ਅਤੇ ਤੁਸੀਂ ਦੇਖ ਰਹੇ ਹੋ ਬਾਡੀ। ਅਤੇ ਇਸ ਦੇ ਆਪਾਂ ਤੁਹਾਨੂੰ ਬੇਸਿਕ ਜੋ ਇਨਫੋਰਮੇਸ਼ਨ ਹੈ ਉਹ ਦੇਣ ਲੱਗੇ ਹਾਂ। ਅਤੇ ਜੇ ਤੁਸੀਂ ਬੈਂਡਿੰਗ ਦੀ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ, ਅਤੇ ਤੁਹਾਨੂੰ ਬੇਸਿਕ ਜੋ ਇਨਫੋਰਮੇਸ਼ਨ ਹੈ ਕੀ ਕੁਛ ਦਾ ਸਾਰਾ ਡਾਟਾ ਕੀ ਕੁਛ ਹੈਗਾ ਉਹ ਇਸ ਵੀਡੀਓ ਦੇ ਰਾਹੀਂ ਦੱਸਣਾ ਮੈਂ ਤੁਹਾਨੂੰ। ਅਤੇ ਸਭ ਤੋਂ ਪਹਿਲਾਂ ਪੇਪਰ ਬਾਰੇ ਦੱਸਣਾ, ਪੇਪਰ ਆਪਾਂ ਇਹਦੇ ਵਿੱਚ ਕਿਹੜਾ ਪਾਉਣਾ, ਅਤੇ ਦੱਸਦਾ ਮੈਂ ਤੁਹਾਨੂੰ ਪੇਪਰ ਬਾਰੇ। ਇੱਕ ਪੇਪਰ ਹੁੰਦਾ ਜੀ ਆਪਣਾ ਵਾਈਟ ਪੇਪਰ 7 ਨੰਬਰ, ਇਹ ਆਪਾਂ ਇਹਦੇ 'ਚ ਯੂਜ ਨਹੀਂ ਕਰਨਾ ਕਿਉਂਕਿ ਹੀਟ ਹੁੰਦੀ ਹੈ ਮੋਟਰ। ਇਹਦੇ ਵਿੱਚ ਆਪਾਂ ਯੂਜ ਕਰਨਾ ਨੀਲਾ ਪੇਪਰ, ਜੋ ਆਹ ਦੇਖੋ ਆਹ ਨੀਲਾ ਪੇਪਰ ਹੈ, ਅਤੇ ਇਹ ਤੁਸੀਂ ਯੂਜ ਕਰਨਾ। ਇਹ ਹੈਗਾ ਜੀ ਟ੍ਰਿਬੋਲ ਥੀਰਮ ਐਨ ਇਨਸੂਲੇਸ਼ਨ ਕਲਾਸਿਕ ਐਫ, ਇਹ ਯੂਜ ਕਰਨਾ। ਅਤੇ ਆਹ ਸੀਟ ਨਹੀਂ ਯੂਜ ਕਰਨੀ ਤੁਸੀਂ ਪੈਕਿੰਗ ਵਾਸਤੇ, ਦੇਸੀ ਓਰਿਜਨਲ ਸੀਟ ਯੂਜ ਕਰਨੀ ਆ। ਦੇਖੋ ਫਲੈਕਸ ਟ੍ਰਿਮ GP100 ਇਹ ਯੂਜ ਕਰਨੀ ਆ। ਅਤੇ ਓਰਿਜਨਲੀ ਤੁਸੀਂ ਆਪਣਾ ਵਾਰਨਿਸ਼ ਯੂਜ ਕਰਨੀ ਹੈ, ਦੇਸੀ ਵਾਰਨਿਸ਼ ਨਹੀਂ ਯੂਜ ਕਰਨੀ। ਮੈਂ ਤੁਹਾਨੂੰ ਦਿਖਾਉਣਾ ਦੇਸੀ ਵਾਰਨਿਸ਼ ਕਿੱਥੇ ਪਈ ਹੈ ਆਪਣੇ ਕੋਲ, ਮੈਂ ਕਿਹਾ ਚਲੋ ਆਹ ਦੇਖੋ ਇਹ ਬਿਲਕੁਲ ਦੇਸੀ ਵਾਰਨਿਸ਼ ਹੈ। ਤੁਸੀਂ ਡਾਕਟਰ ਬਿੱਕ ਦੀ ਵਾਰਨਿਸ਼ ਯੂਜ ਕਰਨੀ, ਤਾਂ ਹੁਣ ਆਪਾਂ ਇਸਦੀ ਬੇਸਿਕ ਜੋ ਇਨਫੋਰਮੇਸ਼ਨ ਉਹ ਦੇਣ ਲੱਗੇ ਹਾਂ। ਅਤੇ ਧਿਆਨ ਦੇਣਾ, ਇੰਟਰਸਟਿੰਗ ਵੀਡੀਓ ਹੈ ਵਧੀਆ। ਅਤੇ ਸਭ ਤੋਂ ਪਹਿਲਾਂ ਆਹ ਦੇਖੋ ਜੀ 20 HP ਦੀ ਮੋਟਰ ਮੋਨੋਬਲਾਕ ਕਿਰਲੋਸਕਰ ਚੱਕੀ 'ਤੇ ਯੂਜ ਕੀਤੀ ਜਾਂਦੀ ਹੈ। RPM ਹੈ ਜੀ ਇਹਦੇ 960, ਆ ਦੇਖ ਸਕਦੇ ਹੋ ਅਤੇ ਤੁਸੀਂ ਨੋਟ ਵੀ ਕਰ ਸਕਦੇ ਹੋ। ਅਤੇ ਕਨੈਕਸ਼ਨ ਇਹਦੇ ਹੋਣਗੇ 1-4 ਸਿੰਪਲ, ਜਿਵੇਂ ਆਪਾਂ ਮੋਨੋਬਲਾਕ ਮੋਟਰ ਦੇ ਕਰਦੇ ਹਾਂ। ਅਤੇ 18 ਪੋਲ ਦੀ ਮੋਟਰ ਹੈ ਕਿਉਂਕਿ ਇਹਦੇ ਵਿੱਚ 18 ਕੁਐਲ ਪੈਣੇ ਹੈ, 18 ਕੁਐਲ ਪੈਣੇ ਅਤੇ 37 ਸਲਾਟ ਹੈ, ਇਹ ਸਲਾਟ 37, 18 ਕੁਐਲ ਪੈਣਗੇ ਤਾਂ ਹੀ 960 ਚੱਕਰ ਬਣਨੇ ਆ ਇਹਦੇ। ਅਤੇ 1-4 ਸਿੰਪਲ ਕਨੈਕਸ਼ਨ ਜੋ ਮੋਨੋਬਲਾਕ ਦੇ ਹੁੰਦੇ ਹੈ। ਅਤੇ ਕੋਰ ਹੈ ਜੀ 8 ਇੰਚ ਲੰਮੀ, 8 ਇੰਚੀ ਕੋਰ ਹੈ, ਅਤੇ ਗੁਲਾਈ 7 ਇੰਚ ਹੈ ਜੀ, ਜੋ ਵਿੱਚ ਡਾਇਆ ਹੁੰਦਾ ਕੋਰ ਦਾ 7 ਇੰਚੀ ਹੈ। ਅਤੇ ਬਾਹਰੀ ਡਾਇਆ ਜੋ ਆਊਟਸਾਈਡ ਡਾਇਆ ਹੁੰਦਾ ਉਹਦਾ ਕੋਰ ਤੋਂ ਅਗਲਾ ਸਾਈਡ 1 ਫਿੱਟ ਹੈ। ਅਤੇ ਇਹ ਬੋਡੀ ਦੀ ਲੰਬਾਈ 1 ਫਿੱਟ ਲਗਭਗ। ਅਤੇ SWG ਤਾਰ ਦਾ ਨੰਬਰ ਤੁਸੀਂ ਯੂਜ ਕਰਨਾ ਇਹਦੇ ਵਿੱਚ 18.5 ਡਬਲ ਅਤੇ 1-19, ਇਹ ਤਾਰ ਵਿੱਚ ਯੂਜ ਹੋਣੀ ਹੈ ਜੀ। ਇੰਨਾ ਤੁਸੀਂ ਕਰ ਸਕਦੇ ਹੋ, ਤੁਸੀਂ ਆਹ ਦੇਖੋ ਡਾਟਾ ਸੇਵ ਕਰ ਸਕਦੇ ਹੋ। ਇਸ ਤੋਂ ਬਾਅਦ ਦੱਸਣ ਲੱਗਿਆ ਤੁਹਾਨੂੰ ਮੈਂ ਟਰਨਾਂ ਦੇ ਵਿੱਚ 18 ਪੈਣੀਆਂ, 3 ਲੜੀ ਤਾਰ ਨੇ 18 ਟਰਨਾਂ, ਯਾਨੀ ਕਿ 54 ਟਰਨ ਹੋ ਜਾਣਗੀਆਂ। ਅਤੇ ਸੈੱਟ ਦਾ ਵੇਟ ਹੈ ਜੋ ਲਗਭਗ 720 ਗ੍ਰਾਮ ਇੱਕ ਸੈੱਟ ਦਾ ਵੇਟ ਹੈ, ਅਤੇ 18 ਨਾਲ ਆਪਾਂ ਗੁਣਾ ਕਰਕੇ ਤਾਂ 12 ਕਿਲੋ ਅਤੇ 960 ਗ੍ਰਾਮ ਲਗਭਗ ਤਾਰ ਘੱਟ ਤੋਂ ਘੱਟ ਇਹਦੇ ਵਿੱਚ ਪਊਗੀ। ਅਤੇ ਜ਼ਿਆਦਾ ਤੋਂ ਜ਼ਿਆਦਾ ਤਾਰ 13 ਕਿਲੋ ਅਤੇ 400 ਗ੍ਰਾਮ ਪਊਗੀ ਜੇ ਆਪਣਾ ਸੈੱਟ ਵੱਧ ਘੱਟ ਹੋ ਜਾਂਦਾ। ਅਤੇ ਦੇਖ ਸਕਦੇ ਹੋ ਇੱਕ ਵਾਰੀ ਫਿਰ ਤੁਸੀਂ ਸਕਰੀਨਸ਼ੋਟ ਵੀ ਲੈ ਸਕਦੇ ਹੋ, ਅਤੇ ਆਹ ਦੇਖ ਸਕਦੇ ਹੋ ਤੁਸੀਂ ਸਾਰਾ ਇਹਦੇ ਵਿੱਚ ਦਿੱਤਾ ਹੋਇਆ ਡਾਟਾ, ਆਹ ਚੈੱਕ ਕਰ ਸਕਦੇ ਹੋ। ਅਤੇ ਮੋਟਰ ਇੱਕ ਵਾਰ ਤੁਹਾਨੂੰ ਮੈਂ ਫਿਰ ਦਿਖਾ ਦਿੰਦਾ, ਦੇਖੋ ਆਹ ਦੇਖ ਸਕਦੇ ਹੋ ਮੋਟਰ ਪਈ ਹੈ ਕਿਰਲੋਸਕਰ ਚੱਕੀ ਵਾਲੀ। ਅਤੇ ਡਾਟਾ ਵੀ ਤੁਹਾਨੂੰ ਮੈਂ ਦੱਸਤਾ, ਚੱਕੀ ਦੀ ਮੋਟਰ ਬਾਰੇ ਵੀ ਤੁਹਾਨੂੰ ਮੈਂ ਦੱਸਤਾ। ਅਤੇ ਬੈਂਡਿੰਗ ਦੀ ਵੀਡੀਓ ਵਾਸਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਅਤੇ ਡਾਟਾ ਬੈਂਡਿੰਗ ਹਰ ਇੱਕ ਜਾਣਦੇ ਹੁੰਦੇ ਮਿਸਤਰੀ, ਕਈ ਵਾਰੀ ਆਪਾਂ ਨੂੰ ਚੱਕਰ ਪੈਂਦਾ ਵੀ ਡਾਟਾ ਕੀ ਪੈਣਾ ਕੀ ਸਿਸਟਮ ਆ, ਉਹ ਤੁਹਾਨੂੰ ਮੈਂ ਦੱਸਤਾ। ਅਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ। ਵੀਡੀਓ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ, ਅਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਇਹੋ ਜਿਹੀ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਕਿਉਂਕਿ ਯਾਰ ਜਦ ਆਪਾਂ ਬਲੌਗਿੰਗ ਵੀਡੀਓ ਪਾਉਣ ਲੱਗ ਗਏ, ਪਹਿਲਾਂ ਮੈਂ ਮੋਟਰਾਂ 'ਤੇ ਵੀਡੀਓ ਪਾਉਂਦਾ ਸੀ, ਅਤੇ ਚਲੋ ਕੋਈ ਗੱਲ ਨਹੀਂ, ਹੁਣ ਫਿਰ ਮੋਟਰਾਂ 'ਤੇ ਵੀਡੀਓ ਆਈ ਹੈ, ਤੁਸੀਂ ਪਿਆਰ ਦੇਣਾ। ਅਤੇ ਮੋਟਰ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਜਾਣਕਾਰੀ ਲੈਣੀ ਹੋਵੇ ਕਮੈਂਟ ਜ਼ਰੂਰ ਦੱਸ ਦਿਓ,
ਜਿੰਨੀ ਕੁ ਆਪਾਂ ਨੂੰ ਪਤਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ। ਧੰਨਵਾਦ, ਸ਼ੁਕਰੀਆ ਮੇਰੀ ਵੀਡੀਓ ਦੇਖਣ ਵਾਸਤੇ।